ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਮੇਰੇ ਨਾਲ ਮੌਜੂਦਾ ਗੱਲਬਾਤ ਕਰ ਲੈਣ। ਮਹਾਜਨ ਸਾਹਿਬ, ਕੀ ਅੰਦਰ ਰਿਹਾ? ਬੜਾ ਤਲਖ ਮਾਹੌਲ ਸੀ ਐਮ ਤੇ ਪ੍ਰਤਾਪ ਸਿੰਘ ਬਾਜਵਾ ਆਪਸ ਦੇ ਵਿੱਚ, ਇੰਨੀ ਤਲਖੀ ਅੰਦਰ ਹੋਈ ਹੈ, ਕੀ ਚੱਲ ਕੀ ਰਿਹਾ ਸੈਸ਼ਨ ਦੇ ਵਿੱਚ? ਦੇਖੋ, ਲੋਕਤੰਤਰ ਹੈ, ਬਹੁਮਤ ਜਿਹੜਾ ਹੈ, ਜਿਹੜਾ ਸੰਖਿਆ ਬਲ ਜ਼ਿਆਦਾ ਆ ਉਹ ਅਪੋਜੀਸ਼ਨ ਦਬਾਉਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਲੋਕਤੰਤਰ ਦੇ ਵਿੱਚ ਨਹੀਂ ਚੱਲਦਾ। ਤਲਖ ਮਜਾਜੀ ਜਿਹੜੀ ਹੈ ਗਲਤ ਢੰਗ ਦੀ ਹੋਈ ਹੈ, ਔਰ ਸਰਕਾਰ ਨੂੰ ਚਾਹੀਦਾ ਸੀ ਕਿ ਵੀ ਜਿਹੜੀ ਗਲਤ ਗੱਲਾਂ 'ਤੇ ਬਹਿਸ ਕੀਤੀ ਹੈ, ਉਹਨਾਂ ਨੇ ਅਪੋਜੀਸ਼ਨ ਦੀ ਜਿਹੜੀ ਵੱਡੀ ਪਾਰਟੀ ਹੈ ਕਾਂਗਰਸ ਪਾਰਟੀ, ਸੀ ਐੱਮ ਸਾਹਿਬ ਨੇ ਉਹਨਾਂ ਸਾਰਿਆਂ ਨੂੰ ਹੀ ਚੋਰ ਕਹਿ ਦਿੱਤਾ ਇੱਕ ਪਾਸੋਂ ਹੱਥ ਮਾਰ ਕੇ, ਜਦਕਿ ਉਹ ਚਾਹੀਦਾ ਸੀ ਕਿ ਹਾਂ ਭਈ ਨਾਂ ਲੈ ਕੇ ਕਿਸੇ ਨੂੰ ਕਹਿੰਦੇ ਜੀ ਅੱਗੇ ਨਾਂ ਵੀ ਲਿਆ ਉਹਨਾਂ ਨੇ, ਤੁਹਾਡੇ ਜਿਹੜੇ ਆ ਗਏ ਕਹਿੰਦੇ ਭਾਜਪਾ 'ਚ ਚਲੇ ਗਏ, ਉਹ ਵੀ ਨਹੀਂ ਬਚਣੇ ਹੈਗੇ, ਉਹ ਬਲਬੀਰ ਸਿੰਘ ਸਿੱਧੂ ਦਾ ਨਾਂ ਵੀ ਲੈ ਲੈਂਦੇ ਹੈਗੇ ਆ। ਦੇਖੋ, ਇਹ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ, ਜਿਹੜੇ ਕੰਮ ਹੁਣ ਵੀ ਸਰਕਾਰ 'ਚ ਹੋ ਰਹੇ ਆ ਕੋਈ ਸਰਕਾਰ ਵਾਲੇ ਬੰਦੇ ਵੀ ਬਚਣ ਵਾਲੇ ਹੈ ਨਹੀਂ, ਕਿਉਂਕਿ ਸੈਂਟਰ ਤਾਂ ਹੈਗਾ। ਮੋਦੀ ਜੀ ਜਦੋਂ ਬਣੇ ਸੀ ਉਹਨਾਂ ਨੇ ਕਿਹਾ ਸੀ ਨਾ ਖਾਵਾਂਗਾ ਨਾ ਖਾਣ ਦਿਆਂਗਾ, ਉਹ ਜਿਹੜਾ ਪੇਰੇ ਲੋਕਾਂ ਨੇ ਖਾਧਾ ਦਾ ਉਹ ਵੀ ਕਢਾਉਣਾ, ਉਸ ਪਾਸੇ ਲੱਗੇ ਆ, ਇਹਨਾਂ ਦੇ ਕਹਿਣ 'ਤੇ ਕੋਈ ਅਸਰ ਨਹੀਂ ਹੁੰਦਾ। ਕਿ ਕਈਆਂ ਨੇ ਜਿਨ੍ਹਾਂ ਨੇ ਖਾਧਾ ਹੋਇਆ ਤੁਹਾਡੇ 'ਚ ਆ ਗਏ ਉਹ ਤੁਹਾਨੂੰ ਗੰਦਲਾ ਕਰ ਰਹੇ ਹੈਗੇ ਆ, ਲੱਗਦਾ ਤੁਹਾਨੂੰ? ਦੇਖੋ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਮੁੰਦਰ ਹੈ ਭਾਰਤੀ ਜਨਤਾ ਪਾਰਟੀ, ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਇੱਥੇ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਪਾਰਟੀ ਨੇ ਪਹਿਲੇ ਟ੍ਰੇਨਿੰਗ ਦਿੱਤੀ ਹੈ, ਉਹਨਾਂ ਨੂੰ ਦੱਸਿਆ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਕੈਂਪ ਲਾ ਕੇ ਦੋ ਦੋ ਤਿੰਨ ਤਿੰਨ ਦੇ ਤਿੰਨ ਦਿਨ ਦੇ ਲਾਏ ਆ, ਉਹਨਾਂ ਨੂੰ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਪਹਿਲੇ ਸਮਝੋ ਫਿਰ ਤੁਸੀਂ ਮਤ ਲਾਓ। ਉਹ ਲੋਕ ਲੱਗਦਾ ਕਿ ਵਿਜੀਲੈਂਸ ਦੇ ਉੱਪਰ ਪਾਰਟੀ ਦਾ ਝੰਡਾ ਆਮ ਆਦਮੀ ਪਾਰਟੀ ਨੂੰ ਲਾ ਲੈਣਾ ਚਾਹੀਦਾ ਜੋ ਅੰਦਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ਤੁਹਾਨੂੰ ਲੱਗਦਾ ਇਹ ਚੀਜ਼ ਹੋਣੀ ਚਾਹੀਦੀ ਹੈ? ਘਰ ਇਸ ਗੱਲ 'ਚ ਨਹੀਂ ਮੈਂ ਪੈਣਾ ਚਾਹੁੰਦਾ, ਜਦ ਮਤਲਬ ਉਹਨਾਂ ਨੇ ਸੀ ਐੱਮ ਸਾਹਿਬ ਨੇ ਕਿਹਾ ਕਿ ਬਾਕੀਆਂ ਨੇ ਪਾਰਟੀ ਦਾ ਵਿਜੀਲੈਂਸ ਦਾ ਝੰਡਾ ਲਾ ਲਿਆ, ਬੀਜੇਪੀ ਦਾ ਝੰਡਾ ਲਾ ਲਿਆ, ਅਤੇ ਉਹਨਾਂ ਦੇ ਵਿੱਚ ਲੱਗ ਗਿਆ ਉਹ ਆਪਸ ਵਿੱਚ ਕਲੈਸ਼, ਇਸੇ ਤੋਂ ਇਹ ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦਾ। ਤੁਹਾਨੂੰ ਕੀ ਲੱਗਦਾ, ਤੁਸੀਂ ਵੀ ਤਾਂ ਆਪਣੀ ਸੋਝੀ ਰੱਖਦੇ ਹੋਵੋਗੇ ਇਸ ਮਸਲੇ 'ਤੇ? ਦੇਖੋ, ਸਾਡਾ ਮਨ ਸਾਫ਼ ਹੈ, ਅਸੀਂ ਕਿਸੇ ਕੋਲੋਂ ਡਰਦੇ ਨਹੀਂ, ਇੰਨਾ ਵਿਜੀਲੈਂਸ ਡਰਦੇ ਨਾ ਕਿਸੇ ਕੋਲੋਂ, ਕਿਉਂਕਿ ਗਲਤ ਕੰਮ ਜੀਵਨ 'ਚ ਕੀਤਾ ਨਹੀਂ, ਸਾਨੂੰ ਡਰ ਕੋਈ ਤੁਹਾਨੂੰ ਸਮਾਂ ਨਹੀਂ ਮਿਲਿਆ ਅੰਦਰ? ਨਹੀਂ, ਸਮਾਂ ਨਹੀਂ ਦਿੱਤਾ, ਹੁਣ ਲਾਸਟ ਵਿੱਚ ਅਸੀਂ ਹੁਣ ਸਾ ਮੈਂ ਕੱਲ੍ਹ ਦੇਖਾਂਗੇ। ਠੀਕ ਹੈ, ਠੀਕ ਹੈ। ਜੰਗੀ ਲਾਲ ਮਹਾਜਨ ਭਾਜਪਾ ਦੇ ਵਿਧਾਇਕ ਸੀ, ਸਿੱਧੇ ਤੌਰ 'ਤੇ ਕਹਿ ਰਹੇ ਆ ਕਿ ਮੈਂ ਸਸਪੈਂਸ ਦੇ ਵਿੱਚ ਨਹੀਂ ਪੈਣਾ ਚਾਹੁੰਦਾ, ਪਰ ਅੰਦਰ ਜੋ ਤਲਖੀ ਹੋਈ ਹੈ ਉਹ ਗਲਤ ਹੋਈ ਹੈ। ਕੈਮਰਾ ਪਰਸਨ ਪ੍ਰੀਤਮ ਸਿੰਘ ਦੇ ਨਾਲ ਆਸ਼ੂ ਨੇਜਾ, ਲਿਬਰਲ ਟੀਵੀ, ਚੰਡੀਗੜ੍ਹ।